ਹੈਲਥ ਪਲੱਸ ਪੁਰਮਚਾਰ ਜੀ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਜਗਸੀਰ ਹੱਡੀਆਂ ਅਤੇ ਜੋੜਾਂ ਦਾ ਹਸਪਤਾਲ ਜੋ ਕਿ ਪੰਜ ਗ੍ਰਹੀਆਂ ਕਲਾਂ ਵਿਖੇ ਸਥਿਤ ਹੈ। 22 ਸਾਲ ਤੋਂ ਪੁਰਾਣੇ ਅਤੇ ਮਸ਼ਹੂਰ ਡਾਕਟਰ ਜਗਸੀਰ ਮੁਹੰਮਦ ਮਲੇਰਕੋਟਲਾ ਵਾਲੇ ਜੋ ਕਿ ਮਰੀਜ਼ਾਂ ਦੇ ਲਈ ਇੱਕ ਵਰਦਾਨ ਨੇ। ਇੱਥੇ ਟੁੱਟੀਆਂ ਉਤਰੀਆਂ ਹੱਡੀਆਂ ਪਸਲੀਆਂ ਜੋੜੀਆਂ ਅਤੇ ਚੜ੍ਹਾਈਆਂ ਜਾਂਦੀਆਂ ਹਨ। ਇੱਥੇ ਰੀੜ ਦੀ ਹੱਡੀ ਅਤੇ ਡਿਸਕ ਦੇ ਦਰਦਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਡਿਜੀਟਲ ਐਕਸਰੇ ਦਾ ਖਾਸ ਪ੍ਰਬੰਧ ਹੈ। ਸਾਡੀ ਟੀਮ ਨੇ ਇੱਥੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਡਾਕਟਰ ਜਗਸੀਰ ਜੀ ਦੀ ਬੇਹੱਦ ਤਾਰੀਫ ਕੀਤੀ। ਸਾਡੀ ਟੀਮ ਨੇ ਡਾਕਟਰ ਜਗਸੀਰ ਮੁਹੰਮਦ ਜੀ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਜਗਸੀਰ ਹੱਡੀਆਂ ਦੇ ਜੋੜਾਂ ਦੇ ਹਸਪਤਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਜਗਸੀਰ ਮੁਹੰਮਦ ਹੱਡੀਆਂ ਅਤੇ ਜੋੜਾਂ ਦਾ ਕਲੀਨਿਕ। ਇੱਕ ਐਸਾ ਇਨਸਾਨ ਜਿਹਨੇ ਬੜੀ ਸੇਵਾ ਕੀਤੀ ਹੈ ਇਸ ਏਰੀਏ ਦੇ ਵਿੱਚ ਪੰਜ ਗ੍ਰਹੀ ਦੇ, ਔਰ ਹੁਣ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਹੀ ਪਿਆਰਾ ਜਿਹੜਾ ਹੈਗਾ ਇਹਨਾਂ ਨੇ ਆਪਣਾ ਸੈਂਟਰ ਜਿਹੜਾ ਸਟਾਰਟ ਕੀਤਾ ਹੈਗਾ ਜਿਹਦੇ 'ਚ ਹਰ ਤਰ੍ਹਾਂ ਦੀ ਮਾਡਰਨ ਫੈਸਿਲਿਟੀ ਜਿਹੜੀ ਹੈਗੀ ਆ ਅਵੇਲੇਬਲ ਹੈਗੀ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਗਸੀਰ ਮੁਹੰਮਦ ਜੀ, ਆਪਣਾ ਹੱਡੀਆਂ ਅਤੇ ਜੋੜਾਂ ਦਾ ਇਲਾਜ ਕਰਦੇ ਹਾਂ ਆਪਾਂ, ਜਿਵੇਂ ਟੁੱਟੀਆਂ ਉਤਰੀਆਂ ਹੱਡੀਆਂ, ਜੋੜ ਦਰਦ, ਰੀੜ ਦੀ ਹੱਡੀ ਦੇ ਮਣਕੇ, ਡਿਸਕ, ਤਾਂ ਆਧੁਨਿਕ ਤਕਨੀਕ ਨਾਲ ਆਪਾਂ ਵਧੀਆ ਟ੍ਰੀਟਮੈਂਟ ਦਿੰਦੇ ਹਾਂ। ਜਗਸੀਰ ਜੀ ਕੀ ਕਹਿਣਾ ਚਾਹੋਗੇ ਕਿ ਬਹੁਤ ਘਾਲਣਾ ਘਾਲੀਆਂ ਤੁਸੀਂ, ਬੜੇ ਲੰਬਾ ਐਕਸਪੀਰੀਅੰਸ ਹੈ, ਕਿੰਨੇ ਸਾਲਾਂ ਦਾ ਐਕਸਪੀਰੀਅੰਸ ਆ, ਕਿਵੇਂ ਇਸ ਪਿੰਡ 'ਚ ਤੂੰ ਆਇਆ, ਕਿਵੇਂ ਲੋਕ ਪਹਿਲਾਂ ਨੂੰ ਲੋਕਾਂ ਨੂੰ ਅਵੇਅਰਨੈਸ ਨਹੀਂ ਸੀਗੀ, ਲੇਕਿਨ ਹੌਲੀ ਹੌਲੀ ਤੁਸੀਂ ਜਦੋਂ ਦੱਸਿਆ ਵੀ ਮੈਂ ਇੱਦਾਂ ਸੇਵਾ ਕਰ ਸਕਦਾ ਔਰ ਸੇਵਾ ਕੀਤੀ, ਔਰ ਦੂਰ ਦੂਰ ਤੋਂ ਪੇਸ਼ੈਂਟ, ਕਿਉਂਕਿ ਇੱਕ ਪੇਸ਼ੈਂਟ ਤੁਸੀਂ ਸਹੀ ਕਰਦੇ ਹੋ ਤਾਂ 25 ਪੇਸ਼ੈਂਟ ਜਿਹੜੇ ਹੈਗੇ ਆ ਲੋਕ ਦਿੰਦੇ ਨੇ, ਦੂਰੋਂ ਦੂਰੋਂ ਹਰਿਆਣੇ 'ਚੋਂ ਹਿਮਾਚਲ ਤੱਕ ਵੀ ਜਿਹੜੇ ਹੈਗੇ ਆ ਪੇਸ਼ੈਂਟ ਬੜੀ ਦੂਰੋਂ ਦੂਰੋਂ ਤੁਹਾਡੇ ਕੋਲ ਵਿਜਿਟ ਕਰਨ ਆਉਂਦੇ ਹੈਗੇ ਆ ਔਰ ਉਹ ਸਹੀ ਹੋ ਕੇ ਜਾਂਦੇ ਆ। ਹਾਂਜੀ ਹਾਂਜੀ, ਮੈਂ ਨਾ ਜੀ 2001 ਦੇ ਵਿੱਚ ਸਟਾਰਟਿੰਗ ਕਰੀ ਸੀਗੀ, ਬਹੁਤ ਸੰਘਰਸ਼ ਦੇ ਨਾਲ ਬੱਸਾਂ 'ਤੇ ਆਉਣਾ ਕਰਨਾ, ਸਾਡਾ ਪਿੰਡ ਲੰਡੇ ਹੈ ਅਤੇ ਇੱਥੇ 2001 ਦੇ ਵਿੱਚ ਸਟਾਰਟਿੰਗ ਕਰੀ ਆਪਾਂ। ਫਿਰ ਆਪਾਂ ਇੱਥੇ ਮਕਾਨ ਲਿਆ ਗਲੀ ਦੇ ਵਿੱਚ, ਕਿਰਾਏ 'ਤੇ ਰਹੇ, ਫਿਰ ਇੱਥੇ ਹੁਣ ਬਸ ਇੱਧਰ ਨਵਾਂ ਕਲੀਨਿਕ ਵਧੀਆ ਕੰਮ ਕਰੀ ਜਾਂਦੇ ਉਦੋਂ ਦੇ। ਪਰ ਪੇਸ਼ੈਂਟ ਆਉਂਦੇ ਆ ਬਸ ਰੱਬ ਦੀ ਕਿਰਪਾ ਹੈ, ਜੋ ਵੀ ਹੈ ਜੋ ਪੇਸ਼ੈਂਟ ਆਉਂਦਾ ਉਹਨੂੰ ਆਪਾਂ ਵਧੀਆ ਮਸਾਜ ਵਗੈਰਾ ਕਰਕੇ ਅਤੇ ਉਹਨੂੰ ਵਧੀਆ ਤਰੀਕੇ ਦੇ ਨਾਲ ਟ੍ਰੀਟਮੈਂਟ ਕਰਦੇ ਹਾਂ ਉਹਦਾ ਅਤੇ ਸਹੀ ਹੋਈ ਜਾਂਦੇ ਆ ਜੀ। ਸਾਨੂੰ ਵੀ ਨਹੀਂ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ, ਜਿਹੋ ਜਿਹੇ ਤਰੀਕੇ ਨਾਲ ਪੇਸ਼ੈਂਟ ਆਉਂਦਾ ਅਤੇ ਠੀਕ ਹੋ ਜਾਂਦਾ, ਅਤੇ ਬਸ ਰੱਬ ਦੀ ਕਿਰਪਾ, ਕੁਛ ਹੱਥਾਂ ਦਾ ਜਸ ਰੱਖ ਲਓ, ਜੋ ਵੀ ਹੈ ਵਧੀਆ ਅੱਲਾਹ ਤਾਲਾ ਸਾਨੂੰ ਬਖਸ਼ਿਆ ਉਹਨੇ ਗੁਰ, ਜੋ ਵੀ ਦਿੱਤਾ ਕਰੀ ਜਾਂਦੇ ਹਾਂ ਲੋਕਾਂ ਦੀ ਸੇਵਾ। ਕੀ ਕਹਿਣਾ ਚਾਹੋਗੇ ਕਿ ਜੀ ਡੈਸਕ ਖਿੱਲੀ ਵਾਲਾ ਜਿਹੜਾ ਬੰਦਾ ਹੈਗਾ, ਜਿਹੜਾ ਕਿ ਬੜਾ ਪਰੇਸ਼ਾਨ ਰਹਿੰਦਾ ਹੈਗਾ, ਉਹਦੇ ਲਈ ਸਪੋਂਡੇਲਾਈਟਿਸ ਵਾਲੇ ਜਿਹੜੇ ਜਿਨ੍ਹਾਂ ਦੀ ਗਰਦਨ ਦੁਖਦੀ ਰਹਿੰਦੀ ਹੈ ਸਪੋਂਡੇਲਾਈਟਿਸ ਦੀ, ਜਾਂ ਜਿਨ੍ਹਾਂ ਨੂੰ ਪ੍ਰੋਬਲਮ ਹੈਗਾ, ਜਾਂ ਜਿਨ੍ਹਾਂ ਦੇ S3 S4 ਜਿਹੜੇ S4 S5 ਵਾਲਾ ਜਿਹੜਾ ਕੇਸਿਸ ਹੈਗੇ ਆ, ਕੀ ਕਹਿਣਾ ਚਾਹੋਗੇ ਕਿ ਕਿਹੜਾ ਮਰਜ਼ੀ ਕੇਸ ਆ ਜਾਵੇ, ਕਿਉਂਕਿ ਤੁਹਾਡਾ ਐਕਸਪੀਰੀਅੰਸ ਹੈਗਾ, ਤੁਹਾਨੂੰ ਹੱਥ ਉੱਥੇ ਜਾਂਦਾ ਹੈਗਾ, ਤੁਹਾਨੂੰ ਪਤਾ ਕਿ ਕਿਹੜੇ ਪੁਆਇੰਟਸ ਨੂੰ ਪ੍ਰੈਸ਼ਰ ਦੇਣਾ ਹੈਗਾ, ਤਾਂ ਉਹਦੇ ਨਾਲ ਤੁਸੀਂ ਅੱਜ ਇੱਕ ਬਹੁਤ ਵਧੀਆ ਰਿਜ਼ਲਟ ਦੇ ਕੇ ਬੰਦਿਆਂ ਨੂੰ ਤੋਰ ਰਹੇ ਹੋ। ਹਾਂਜੀ ਹਾਂਜੀ ਹਾਂਜੀ, ਉਹ ਨਾ ਡਿਸਕ ਪ੍ਰੋਬਲਮ ਦੇ ਵਿੱਚੋਂ ਨਾੜੀ ਦੀ ਬਲੋਕਿੰਗ ਦਾ ਹੁੰਦਾ, ਉਹ ਮਸਾਜ ਵਗੈਰਾ ਕਰਨ ਦੇ ਨਾਲ ਅਸੀਂ ਉਸ ਹਿਸਾਬ ਨਾਲ ਪੁਆਇੰਟ ਨੱਪ ਕੇ ਅਤੇ ਸੈਟਿੰਗ ਕਰ ਦਿੰਦੇ ਹਾਂ, ਅਤੇ ਥੋੜ੍ਹਾ ਜਿਹਾ ਦੇਸੀ ਤਰੀਕੇ ਦੀ ਮੈਡੀਸਨ ਜਾਂ ਆਯੁਰਵੈਦ ਕੋਈ ਵੀ ਆਪਦੇ ਹਿਸਾਬ ਤਰੀਕੇ ਨਾਲ ਲਾਉਂਦੇ ਹਾਂ ਅਤੇ ਉਹਦੇ ਨਾਲ ਸਹੀ ਹੋ ਜਾਂਦਾ। ਹਾਂਜੀ, ਉਹਦੇ ਨਾਲ ਨਾਲ ਜੇ ਆਪਾਂ ਡਿਪਰੈਸ਼ਨ ਦੇ ਪੇਸ਼ੈਂਟਸ ਕਹਿ ਦਈਏ, ਪੈਰਾਲਾਈਜ਼ ਦੇ ਪੇਸ਼ੈਂਟ ਕਹਿ ਦਈਏ, ਤਾਂ ਉਹਨਾਂ ਪੇਸ਼ੈਂਟਸ ਨੂੰ ਵੀ ਤੁਸੀਂ ਨਵੀਂ ਜ਼ਿੰਦਗੀ ਦੇ ਰਹੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਮਾਲਿਸ਼ ਕਰ ਰਹੇ ਹੋ, ਔਰ ਕਈ ਬੰਦੇ ਜਿਹੜੇ ਚੱਲ ਹੀ ਨਹੀਂ ਸਕਦੇ ਸੀ ਉਹਨਾਂ ਨੂੰ ਵੀ ਚਲਾਤਾ। ਹਾਂਜੀ, ਕਈਆਂ ਦੀ ਲੱਤ ਵਗੈਰਾ ਰੁਕ ਜਾਂਦੀ ਹੈ, ਬਾਂਹ ਵਗੈਰਾ ਰੁਕ ਜਾਂਦੀ ਹੈ, ਉਹਦੇ ਮਸਾਜ ਵਗੈਰਾ ਦੇ ਨਾਲ ਸਾਡੇ ਕੋਲ ਆਇਲ ਆ ਵਧੀਆ, ਇਹ ਉਹ ਦੇਸੀ ਤਿਆਰ ਕਰਦੇ ਹਾਂ ਅਸੀਂ ਤੇਲ, ਉਹਦੀ ਮਸਾਜ ਕਰਦੇ ਹਾਂ ਔਰ ਉਹਨੂੰ ਦੱਸਦੇ ਹਾਂ ਵੀ ਤਰੀਕੇ ਦੇ ਨਾਲ ਵੀ ਇਸ ਤਰੀਕੇ ਨਾਲ ਤੁਸੀਂ ਕਰੋ ਅਤੇ ਫਾਇਦਾ ਹੋਊਗਾ, ਉਹ ਹੁੰਦਾ ਵੀ ਹੈ ਅਤੇ ਠੀਕ ਵੀ ਹੁੰਦੇ ਆ, ਪੇਸ਼ੈਂਟ ਆਪਣੇ ਕੋਲ ਜਿਉਂਦੇ ਜਾਗਦੇ ਆ, ਆਪਣੇ ਨਾਲ ਹਜੇ ਵੀ ਹੈ, ਠੀਕ ਹੋਏ ਵੇ ਆ, ਕੋਈ ਉਹ ਜਿਹੀ ਗੱਲਬਾਤ ਨਹੀਂ ਗੀ ਵੀ ਆਪਾਂ ਨਾ ਠੀਕ ਹੋਣ ਵਾਲੇ ਹੋਣ, ਪੇਸ਼ੈਂਟ ਮਿਲਾ ਵੀ ਸਕਦੇ ਹਾਂ ਆਪਾਂ, ਗੱਲਬਾਤ ਵੀ ਕਰ ਸਕਦੇ ਹਾਂ ਉਹਨਾਂ ਨਾਲ ਜੋ ਵੀ ਹੈ, ਅਤੇ ਵਧੀਆ ਕੰਮ ਕਰਾਂਗੇ ਜੋ ਵੀ ਕਰਾਂਗੇ। ਦਰਸ਼ਕੋ ਥੱਲੇ ਫੋਨ ਨੰਬਰ ਚੱਲ ਰਹੇ ਨੇ ਜਗਸੀਰ ਜੀ ਦੇ, ਤੁਸੀਂ ਇਹਨਾਂ ਨਾਲ ਜਦੋਂ ਵੀ ਜਗਸੀਰ ਮੁਹੰਮਦ ਹੱਡੀਆਂ ਦਾ ਜੋੜਾਂ ਦਾ ਕਲੀਨਿਕ ਤਾਂ ਤੁਸੀਂ ਇਹਨਾਂ ਨਾਲ ਵਿਜਿਟ ਕਰ ਸਕਦੇ ਹੋ, ਤੁਸੀਂ ਕਿਸੇ ਨੂੰ ਵੀ ਪੇਸ਼ੈਂਟ ਨੂੰ ਲੈ ਕੇ ਆਉਣਾ, ਅਪੁਆਇੰਟਮੈਂਟ ਲੈ ਕੇ ਪਹਿਲਾਂ, ਇਹ ਸਭ ਤੋਂ ਵੱਡੀ ਗੱਲ ਹੈ ਕਿ ਅਪੁਆਇੰਟਮੈਂਟ ਲੈ ਕੇ, ਕਿਉਂਕਿ ਇਹਨਾਂ ਕੋਲ ਪੇਸ਼ੈਂਟਾਂ ਦੀ ਫਲੋ ਬਹੁਤ ਹੁੰਦੀ ਆ, ਔਰ ਪਹਿਲਾਂ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਵੀ ਭਾਈ ਕਦੋਂ ਅਸੀਂ ਆਉਣਾ ਪਹਿਲਾਂ ਦੱਸ ਕੇ ਉਹਨਾਂ ਨੂੰ, ਅਤੇ ਫਿਰ ਤੁਸੀਂ ਟਾਈਮ ਲੈ ਕੇ ਇਹਨਾਂ ਤੋਂ ਅਤੇ ਇਹਨਾਂ ਕੋਲ ਆ ਸਕਦੇ ਹੋ। ਬਹੁਤ ਹੀ ਚੈਰੀਟੇਬਲ ਵਾਂਗੂ ਕੰਮ ਆ ਇਹਨਾਂ ਦਾ, ਕੋਈ ਜ਼ਿਆਦਾ ਵੱਡੇ ਪੈਸੇ ਨਹੀਂ, ਮੋਟੇ ਪੈਸੇ ਨਹੀਂ ਲੈਂਦੇ ਵੀ ਬੰਦੇ ਦੀ ਜਿਬਾਂ ਕੱਟ ਲੈਣ, ਬਹੁਤ ਜਾਇਜ਼ ਪੈਸੇ ਲੈਂਦੇ ਜਿਹਦੇ ਨਾਲ ਬੰਦੇ ਨੂੰ ਔਖਾ ਨਹੀਂ ਹੁੰਦਾ। ਹਾਂਜੀ, ਕੀ ਤੁਹਾਡਾ ਮੈਸੇਜ ਰਹੂਗਾ, ਜਿਵੇਂ ਅੱਜ ਕੱਲ੍ਹ ਲੋਕ ਤਲੀਆਂ ਤੁਲੀਆਂ ਚੀਜ਼ਾਂ ਜ਼ਿਆਦਾ ਖਾਈ ਜਾਂਦੇ ਆ, ਜੰਕ ਫੂਡਸ, ਔਰ ਐਕਸਰਸਾਈਜ਼ ਨਹੀਂ ਕਰ ਰਹੇ, ਕੀ ਕਹਿਣਾ ਚਾਹੋਗੇ? ਹੁਣ ਤੁਸੀਂ ਵੀ 2001 ਦੇ ਪੁਰਾਣੇ ਮਾਡਲਾਂ ਪਰ ਇੰਨੇ ਸੋਹਣੇ ਸੁਨੱਖੇ ਜੇ ਅਤੇ ਔਰ ਵਧੀਆ ਪਏ ਹੋ, ਫਟੀਕ ਤੁਹਾਡੀ, ਕੀ ਕਹਿਣਾ ਚਾਹੋਗੇ ਕਿ ਅੱਜ ਦਾ ਜਿਹੜਾ ਯੁੱਗ ਆ ਉਹਦੇ 'ਚ ਸਾਨੂੰ ਆਪਣਾ ਡਾਈਟ ਕੰਟਰੋਲ, ਸਾਨੂੰ ਆਪਣਾ
ਐਕਸਰਸਾਈਜ਼ ਥੋੜ੍ਹੀ ਬਹੁਤ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਡੀਆਂ ਹੱਡੀਆਂ ਹੈਲਦੀਆਂ ਰਹਿਣ ਅਤੇ ਪੈਰਾਲਾਈਜ਼ ਵਗੈਰਾ ਨਾ ਹੋਵੇ। ਹਾਂਜੀ 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 ਆਪਣਾ ਖਾਣ ਪੀਣ ਥੋੜ੍ਹਾ ਜਿਹਾ ਜ਼ਿਆਦਾ ਮਾੜਾ ਹੋ ਗਿਆ, ਇਹਦਾ ਕਰਕੇ ਆਪਾਂ ਨੂੰ ਖਾਣ ਪੀਣ 'ਤੇ ਵੀ ਕੰਟਰੋਲ ਰੱਖਣਾ ਚਾਹੀਦਾ, ਤਲੀ ਚੀਜ਼ 'ਤੇ ਪਰਹੇਜ਼ ਕਰਨਾ ਚਾਹੀਦਾ, ਔਰ ਐਕਸਰਸਾਈਜ਼ ਅਤੇ ਪਾਣੀ ਪੂਣੀ ਚੰਗਾ ਸਾਫ਼ ਪੀਣਾ ਚਾਹੀਦਾ, ਇਹਦੇ ਨਾਲ ਆਪਣਾ ਸਰੀਰ ਵਧੀਆ ਰਹਿੰਦਾ ਜੀ। ਆਪਾਂ ਦੇਖ ਸਕਦੇ ਹਾਂ ਕਿ ਕੰਪਿਊਟਰ ਲੱਗਿਆ ਹੋਇਆ ਇਹਨਾਂ ਕੋਲ, ਔਰ ਰਿਕਾਰਡ ਵੀ ਰੱਖਦੇ ਪੇਸ਼ੈਂਟਸ ਦਾ, ਕਿਉਂਕਿ ਇਹਨਾਂ ਨੂੰ ਆਉਂਦਾ ਕਿ ਪੇਸ਼ੈਂਟ ਪਹਿਲਾਂ ਕਿਸ ਤਰੀਕੇ ਤਕਲੀਫ ਤੋਂ ਆਇਆ, ਅਤੇ ਮਰਜ਼ਾਂ ਜਿਹੜੀਆਂ ਇਹਨਾਂ ਤੋਂ 20-20 ਸਾਲ ਪੁਰਾਣੀਆਂ ਲੋਕਾਂ ਦੀਆਂ ਹੈਗੀਆਂ, ਕੀ ਕਹਿਣਾ ਚਾਹੇਗਾ ਬਾਈ? ਪੁਰਾਣੇ ਰਿਕਾਰਡ ਇਸ ਤਰੀਕੇ ਦਾ ਥੋੜ੍ਹੇ ਚਿਰ ਲਈ ਰੱਖੇ ਜਾਂਦੇ ਆ ਜੀ, ਇਹ ਆਪਣਾ ਐਕਸਰੇ ਵਗੈਰਾ ਦਾ ਪ੍ਰਬੰਧ ਹੈਗਾ ਜੀ ਇੱਥੇ, ਅਤੇ ਉਸ ਹਿਸਾਬ ਦੇ ਨਾਲ ਆਪਣਾ ਰਿਕਾਰਡ ਵਿੱਚ ਰੱਖਿਆ ਜਾਂਦਾ ਜੀ ਇਹਦਾ। ਬਾਕੀ ਸਾਡੇ ਕੋਲ ਪੇਸ਼ੈਂਟ ਦਾ ਰਿਕਾਰਡ ਲਿਖਿਆ ਵਾ ਹੁੰਦਾ, ਪੇਸ਼ੈਂਟ ਨੂੰ ਸਲਿੱਪ ਦੇ ਦਿੰਦੇ ਹਾਂ ਵੀ ਆਹ ਰੱਖ ਕੇ ਰੱਖੋ, ਸਾਡੇ ਕੋਲ 1-2 ਮਹੀਨੇ ਦਾ ਟ੍ਰੀਟਮੈਂਟ ਚੱਲਦਾ, ਬਸ 15 ਕੁ ਦਿਨ ਬਾਈ ਦੀ ਪੇਸ਼ੈਂਟ ਸਹੀ ਹੋ ਜਾਂਦਾ ਜੀ। ਥੈਂਕ ਯੂ ਬਾਈ ਜੀ। ਹਾਂਜੀ ਹਾਂਜੀ ਵੈਲਕਮ। ਸਕਦੇ ਕਿ ਇਹ ਰਿਸੈਪਸ਼ਨ ਏਰੀਆ ਹੈਗਾ, ਇਹ ਗਾਂ ਡਾਕਟਰ ਸਾਹਿਬ ਦੇ ਬੈਠਣ ਦਾ ਇਹਨਾਂ ਨੇ ਬਣਾਇਆ, ਇਹ ਪੇਸ਼ੈਂਟ ਦਾ ਏਰੀਆ ਹੈਗਾ ਜਿਹੜੇ ਪੇਸ਼ੈਂਟ ਜਿਹੜੇ ਆ ਕੇ ਬਹਿੰਦੇ ਆ। ਆਪਾਂ ਇੱਕ ਅੱਧੇ ਬਾਈ ਨਾਲ ਗੱਲ ਵੀ ਕਰ ਲੈਂਦੇ ਹਾਂ ਬਾਈ, ਕਿੱਦਾਂ ਦਾ ਤਜਰਬਾ ਤੇਰਾ ਜਗਸੀਰ ਹੱਡੀ ਵਾਲੇ ਨਾਲ? ਠੀਕ ਆ ਜੀ, ਅਸੀਂ ਮਤਲਬ 5-6 ਸਾਲ ਤੋਂ ਜੁੜੇ ਹਾਂ ਅਤੇ ਠੀਕ ਆ। ਸਾਨੂੰ ਕੋਈ ਹੱਡੀਆਂ ਦੀ ਮੁਸ਼ਕਿਲ ਲੈ ਕੇ ਆਉਂਦੇ, ਠੀਕ ਹੋ ਜਾਂਦਾ ਸਾਰਾ? ਹਾਂਜੀ 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 ਠੀਕ ਆ। ਪੈਸਾ ਤਾਂ ਨਹੀਂ ਬਾਹਲੇ ਲੈਂਦਾ? ਨਹੀਂ ਜੀ ਠੀਕ ਆ ਜੀ ਠੀਕ ਆ। ਪੈਸੇ ਲੈਂਦਾ? ਠੀਕ ਆ ਜੀ, ਸਾਡੇ ਏਰੀਏ ਦਾ ਜ਼ਿਆਦਾ ਕਿਵੇਂ ਲਊਗਾ ਇਹ ਬਾਈ? ਕਿੱਥੇ ਕਹਾਂ ਸੇ ਆਏ? ਠੀਕ ਆ ਜੀ, ਲੰਗਿਆਣੇ ਤੋਂ। ਅੱਛਾ, ਤਾਂ ਕਿਵੇਂ ਤੁਹਾਨੂੰ ਆਏ ਪਹਿਲਾਂ ਵੀ? ਹਾਂ ਜੀ, ਪਹਿਲੀ ਵਾਰ ਹੁਣ ਆਏ, ਦੂਜੀ ਵਾਰ ਆਏ ਅਸੀਂ।